ਪੰਜਾਬੀ ਇੰਡਸਟਰੀ ਦੇ ਬਾਬਾ ਬੋਲ ਆਖੇ ਜਾਣ ਵਾਲੇ ਗਾਇਕ ਗੁਰਦਾਸ ਮਾਨ ਦੇ ਲੱਖਾਂ ਕਰੋੜਾਂ ਲੋਕ ਮੁਰੀਦ ਨੇ ਤੇ ਹਮੇਸ਼ਾ ਫੈਨਸ ਉਹਨਾਂ ਦੇ ਨਵੇਂ ਗੀਤ ਦੀ ਉਡੀਕ ਕਰਦੇ ਨੇ। ਦੱਸ ਦਈਏ ਹਾਲ ਹੀ ਵਿੱਚ ਗੁਰਦਾਸ ਮਾਨ ਆਪਣੇ ਦਿੱਲੀ ਲਾਈਵ ਸ਼ੋਅ ਕਰਕੇ ਕਾਫੀ ਲੰਮੇ ਚਿਰ ਬਾਅਦ ਸਾਹਮਣੇ ਆਏ, ਜਿੱਥੇ ਉਹਨਾਂ ਨੇ ਆਪਣੇ ਸਦਾਬਹਾਰ ਗੀਤਾਂ ਨਾਲ ਸਭ ਦਾ ਦਿਲ ਲੁੱਟ ਲਿਆ। ਗੁਰਦਾਸ ਮਾਨ ਨੇ ਆਪਣਾ ਗੀਤ ਕੀ ਬਣੂ ਦੁਨੀਆ ਦਾ, ਬੇਵਫਾਈ ਪੈ ਗਿਆ, ਛੱਲਾ ਸਮੇਤ ਕਈ ਪੁਰਾਣੇ ਗੀਤ ਗਾਏ ਤੇ ਫੈਨਸ ਨੂੰ ਨੱਚਣ ਲਈ ਮਜਬੂਰ ਵੀ ਕਰ ਦਿੱਤਾ ਤੇ ਖੁਦ ਵੀ ਸਟੇਜ ਤੇ ਭੰਗੜਾ ਪਾਇਆ। ਦੱਸ ਦਈਏ ਗੁਰਦਾਸ ਮਾਨ ਦੀ ਇਹ ਵੀਡੀਓ ਖੂਬ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਇਸ ਨੂੰ ਪਸੰਦ ਵੀ ਕਰ ਰਿਹਾ। ਜ਼ਰਾ ਇੱਕ ਵਾਰ ਤੁਸੀਂ ਵੀ ਮਾਰੋ ਗੁਰਦਾਸ ਮਾਨ ਦੀਆਂ ਇਹਨਾਂ ਵੀਡੀਓਜ਼ ਤੇ। एंटरटेनमेंट नाल जुड़ी हर एक खबर लई साडा फेसबुक पेज बॉलीवुड तड़का पंजाबी लाइक करो, यूट्यूब चैनल सबसक्राइब करो ते इंस्टाग्राम पेज नू फॉलो करो।